ਹਾਂਜੀ ਸਤਿ ਸ਼੍ਰੀ ਅਕਾਲ ਜੀ। ਆਪਣੇ ਕੋਲ ਅੱਜ ਹੈਗਾ ਅਖਬਾਰ ਰੋਜ਼ਾਨਾ ਸਪੋਕਸਮੈਨ 30 ਜਨਵਰੀ 2020। ਲਿਖੋ ਜੀ, ਚੋਣ ਕਮਿਸ਼ਨ ਨੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੂੰ ਦਿੱਲੀ ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਮੁੱਖ ਪ੍ਰਚਾਰਕ ਦੇ ਜ਼ਿੰਮੇਵਾਰੀ ਤੋਂ ਹਟਾ ਦਿੱਤਾ ਹੈ। ਡੰਡਿੰਗ, ਦਿੱਲੀ ਪੁਲਿਸ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦੇਸ਼ ਦਰੋਹ ਦੇ ਇਲਜ਼ਾਮ ਹੇਠ ਹਿਰਾਸਤ ਵਿੱਚ ਲੈ ਲਿਆ ਹੈ। ਡੰਡਿੰਗ, ਇਹਨਾਂ ਤਿੰਨਾਂ ਦੇ ਸ਼ਬਦਾਵਲੀ ਨੂੰ ਵੇਖ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਦੇਸ਼ ਧਰੋਹੀ ਦੀ ਸੋਚ ਅਤੇ ਭਾਸ਼ਾ ਕਿਸ ਦੇ ਕਥਨਾਂ ਵਿੱਚ ਜ਼ਿਆਦਾ ਉਗੜਵੀਂ ਨਜ਼ਰ ਆਉਂਦੀ ਹੈ। ਡੰਡੀ ਭਰਾ, ਪਹਿਲਾਂ ਤਾਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਗੱਲ ਕਰਦੇ ਹਾਂ। ਡੰਡਿੰਗ, ਆਖਰ ਉਹ ਇੱਕ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਹਨ। ਡੰਡਿੰਗ, ਜ਼ਿੰਮੇਵਾਰ ਨਾਗਰਿਕ ਦਾ ਕਿਰਦਾਰ ਨਿਭਾ ਰਹੇ ਹਨ। ਡੰਡਿੰਗ, ਉਹਨਾਂ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਇਕੱਠ ਵਿੱਚ ਮੰਚ ਉੱਤੇ ਖੜ੍ਹੇ ਹੋ ਕੇ ਇਹ ਨਾਅਰਾ ਲਾਇਆ, ਦੇਸ਼ ਦੇ ਗਦਾਰੋਂ ਕੋ ਗੋਲੀ ਮਾਰੋ ਸਾਲੋਂ ਕੋ। ਡੰਡਿੰਗ, ਇਸ ਨਾਲ ਸੁਣਨ ਵਾਲੇ ਭਾਵੁਕ ਹੋ ਗਏ ਅਤੇ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਉਹਨਾਂ ਨੇ ਇਸ ਨਾਅਰੇ ਨੂੰ ਹੁਕਾਰਾ ਦਿੱਤਾ ਅਤੇ ਮੰਡਪ ਨਫ਼ਰਤ ਭਰੇ ਨਾਅਰਿਆਂ ਨਾਲ ਗੂੰਜ ਉੱਠਿਆ। ਡੰਡਿੰਗ, ਸੋ ਇੱਕ ਕੇਂਦਰੀ ਮੰਤਰੀ ਜਨਤਾ ਨੂੰ ਗੋਲੀ ਮਾਰਨ ਲਈ ਉਤਸ਼ਾਹਿਤ ਕਰ ਰਿਹਾ ਸੀ। ਡੰਡਿੰਗ, ਦੂਜੇ ਪਾਸੇ ਉਹ ਸੰਸਦ ਮੈਂਬਰ ਜੋ ਸਾਡੇ ਲੋਕਤੰਤਰ ਦੇ ਮੰਦਰ ਵਿੱਚ ਸਾਡੀ ਸਰਕਾਰ ਸੰਭਾਲਣ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ ਅਤੇ ਸਾਡੇ ਵੱਲੋਂ ਦਿੱਤੇ ਗਏ ਟੈਕਸਾਂ ਦੀ ਕਮਾਈ ਨਾਲ 5 ਸਾਲ ਦੀ ਨੌਕਰੀ ਸਹਿਬੇ ਜਾਂ ਨਵਾਬੇ ਕਰਦਾ ਹੈ। ਡੰਡਿੰਗ, ਪ੍ਰਵੇਸ਼ ਵਰਮਾ ਆਖਦੇ ਹਨ ਕਿ ਜੋ ਲੋਕ ਸ਼ਹੀਨ ਬਾਗ ਵਿੱਚ ਬੈਠੇ ਹਨ ਉਹ ਸਾਡੀਆਂ ਦਿੱਲੀ ਦੀਆਂ ਬੇਟੀਆਂ ਦਾ ਬਲਾਤਕਾਰ ਕਰ ਦੇਣਗੇ, ਇਸ ਲਈ ਦਿੱਲੀ ਦੇ ਵੋਟਰਾਂ ਨੂੰ ਭਾਜਪਾ ਨੂੰ ਵੋਟ ਪਾਉਣੀ ਚਾਹੀਦੀ ਹੈ ਤਾਂ ਕਿ ਮੋਦੀ ਅਤੇ ਸ਼ਾਹ ਬਾਅਦ ਵਿੱਚ ਇਹਨਾਂ ਨਾਲ ਨਿਪਟ ਲੈਣ। ਡੰਡਿੰਗ, ਸੋ ਲੋਕਾਂ ਵਿੱਚ ਡਰ ਨਫ਼ਰਤ ਫੈਲਾਉਣ ਦਾ ਕੰਮ ਉਹ ਸੰਸਦ ਮੈਂਬਰ ਕਰ ਰਹੇ ਹਨ ਜਿਨ੍ਹਾਂ ਨੇ ਸੰਵਿਧਾਨ ਦੀ ਰਾਖੀ ਦੀ ਸਹੁੰ ਚੁੱਕੀ ਹੈ। ਡੰਡੀ ਪੈਰਾ, ਤੀਜਾ ਸ਼ਰੀਲ ਇਮਾਮ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਜੋ ਅਸਾਮ ਵਿੱਚ ਮੁਸਲਮਾਨਾਂ ਨੂੰ ਗੈਰ ਭਾਰਤੀ ਕਰਾਰ ਦੇਣ ਦੇ ਡਿਨੈਂਸ਼ਨ ਸੈਂਟਰਾਂ ਵਿੱਚ ਭੇਜੇ ਜਾਣ ਨਾਲ ਸਰਕਾਰ ਤੋਂ ਨਾਰਾਜ਼ ਵੀ ਹੈ ਅਤੇ ਡਰਿਆ ਹੋਇਆ ਵੀ ਹੈ ਕਿ ਕੱਲ੍ਹ ਉਸਦਾ ਆਪਣਾ ਜਾਂ ਪਰਿਵਾਰ ਦਾ ਕੋਈ ਜੇ ਵੀ ਗੈਰ ਭਾਰਤੀ ਕਰਾਰ ਦਿੱਤਾ ਜਾ ਸਕਦਾ ਹੈ। ਡੰਡਿੰਗ, ਅਸਾਮ ਵਿੱਚ ਅਸੀਂ ਵੇਖਿਆ ਕਿ ਇੱਕ ਸਾਬਕਾ ਭਾਰਤੀ ਰਾਸ਼ਟਰਪਤੀ ਦਾ ਪਰਿਵਾਰ ਅਤੇ ਇੱਕ ਭਾਰਤੀ ਫੌਜੀ ਦਾ ਪਰਿਵਾਰ ਵੀ ਨਾਗਰਿਕਤਾ ਤੋਂ ਵਾਂਝੇ ਰਹਿ ਗਏ ਕਿਉਂਕਿ ਉਹ ਮੁਸਲਮਾਨ ਸਨ। ਡੰਡਿੰਗ, ਸੋ ਇਮਾਮ ਨੇ ਆਵਾਜ਼ ਚੁੱਕੀ ਹੈ ਕਿ ਸਾਰੇ ਗੈਰ ਮੁਸਲਮਾਨ ਹੁਣ ਮੁਸਲਮਾਨਾਂ ਦੀ ਮਦਦ ਲਈ ਅੱਗੇ ਆਉਣ ਅਤੇ ਇੱਕ ਸੜਕ ਉੱਤੇ ਇਕੱਠੇ ਹੋ ਕੇ ਅਸਾਮ ਜਾਣ ਵਾਲੀ ਸੜਕ ਨੂੰ ਰੋਕ ਲੈਣ। ਡੰਡਿੰਗ, ਇਹ ਪੁਕਾਰ ਸਹੀ ਨਹੀਂ, ਗੈਰ ਸੰਵਿਧਾਨਕ ਹੈ, ਪਰ ਇਹ ਇੱਕ ਵਿਦਿਆਰਥੀ ਦੀ ਆਵਾਜ਼ ਹੈ ਜੋ ਕਿ ਮੁਸਲਮਾਨ ਹੁੰਦੇ ਹੋਏ ਵੀ ਆਪਣੇ ਆਉਣ ਵਾਲੇ ਕੱਲ੍ਹ ਬਾਰੇ ਚਿੰਤਤ ਹੈ। ਡੰਡਿੰਗ, ਇਹ ਚਿੰਤਾ ਸ਼ਹੀਨ ਬਾਗ ਵਿੱਚ ਬੈਠੀਆਂ ਔਰਤਾਂ ਦੀ ਵੀ ਹੈ ਜਿਨ੍ਹਾਂ ਨੂੰ ਪਤਾ ਹੈ ਕਿ ਉਹ ਆਪਣੇ ਮਾਂ ਬਾਪ ਦੀਆਂ ਜਨਮ ਪੱਤਰੀਆਂ ਅਤੇ ਰਹਿਸ਼ ਦਾ ਸਬੂਤ ਨਹੀਂ ਪੇਸ਼ ਕਰ ਸਕਣਗੀਆਂ ਅਤੇ ਇੱਕ ਪਲ ਵਿੱਚ ਉਹਨਾਂ ਦੇ ਪਰਿਵਾਰ ਸ਼ਰਨਾਰਥੀ ਕਰਾਰ ਦਿੱਤੇ ਜਾਣਗੇ। ਡੰਡਿੰਗ, ਪਰ ਇੱਕ ਵਿਦਿਆਰਥੀ ਵਿਰੁੱਧ
ਵਿਰੁੱਧ ਦੇਸ਼ ਧਰੋਹ ਦਾ ਪਰਚਾ ਅਤੇ ਮੰਤਰੀ ਵਿਰੁੱਧ ਸਿਰਫ ਪ੍ਰਚਾਰ ਉੱਤੇ ਰੋਕ ਡੰਡਿੰਗ। ਜਦੋਂ ਮੰਤਰੀ ਜਨਤਾ ਨੂੰ ਬੰਦੂਕ ਚੁੱਕਣ ਵਾਸਤੇ ਉਤਸ਼ਾਹਿਤ ਕਰ ਰਿਹਾ ਹੈ ਅਤੇ ਦੂਜਾ ਨਫ਼ਰਤ ਫੈਲਾ ਕੇ ਮਾਹੌਲ ਖਰਾਬ ਕਰ ਰਿਹਾ ਹੈ ਤਾਂ ਦੇਸ਼ ਧਰੋਹ ਦਾ ਪਰਚਾ ਉਹਨਾਂ ਦੋਹਾਂ ਵਿਰੁੱਧ ਕਿਉਂ ਨਹੀਂ ਡੰਡੀ ਭਰਾ। ਅੱਜ ਦੇ ਦਿਨ ਭਾਰਤ ਵਿੱਚ ਦੇਸ਼ ਧਰੋਹ ਦੀ ਪਰਿਭਾਸ਼ਾ ਬਹੁਤ ਬਦਲ ਚੁੱਕੀ ਹੈ। ਡੰਡਿੰਗ ਸੁਪਰੀਮ ਕੋਰਟ ਨੇ ਵੀ ਇਸ ਨਵੀਂ ਸੋਚ ਨੂੰ ਮੱਦੇਨਜ਼ਰ ਰੱਖਦੇ ਹੋਏ ਦੰਗੀਆਂ ਅਤੇ ਉਮਰ ਭਰ ਦੀ ਜੇਲ੍ਹ ਦੀ ਸਜ਼ਾ ਭੁਗਤ ਰਹੇ ਕੈਦੀਆਂ ਨੂੰ ਸਮਾਜ ਸੇਵਾ ਕਰਨ ਲਈ ਰਿਹਾ ਕਰ ਦਿੱਤਾ ਹੈ। ਡੰਡਿੰਗ ਇਹ ਉਹ 17 ਲੋਕ ਹਨ ਜਿਨ੍ਹਾਂ ਮੁਜ਼ੱਫਰਨਗਰ ਵਿੱਚ ਤੇ ਮੁਸਲਮਾਨਾਂ ਨੂੰ ਜਿੰਦਾ ਸਾੜਿਆ ਸੀ ਅਤੇ ਜਿਨ੍ਹਾਂ ਵਿੱਚ 22 ਔਰਤਾਂ ਅਤੇ ਬੱਚੇ ਵੀ ਸ਼ਾਮਿਲ ਸਨ। ਡੰਡਿੰਗ ਸੋਚੋ ਇਹ ਉਹ 17 ਹੈਵਾਨ ਸਨ ਜਿਨ੍ਹਾਂ ਨੇ 33 ਲੋਕਾਂ ਦੀਆਂ ਸੜਦਿਆਂ ਦੀਆਂ ਚੀਕਾਂ ਦਾ ਆਨੰਦ ਮਾਣਿਆ ਹੋਵੇਗਾ। ਡੰਡਿੰਗ ਇਹਨਾਂ ਵਿੱਚ ਪਛਤਾਵਾ ਤਾਂ ਅਜੇ ਵੀ ਨਹੀਂ ਕਿਉਂਕਿ ਅਜੇ ਵੀ ਇਹ ਆਪਣੇ ਗੁਨਾਹ ਨੂੰ ਕਬੂਲ ਨਹੀਂ ਕਰ ਰਹੇ ਜਦਕਿ ਇੱਕ ਇੱਕ ਵਿਰੁੱਧ 2 ਜਾਂ ਵੱਧ ਚਸ਼ਮਦੀਦ ਗਵਾਹ ਹਨ। ਡੰਡਿੰਗ ਪਰ ਸਾਡੇ ਨਿਆਂ ਦੇ ਮੰਦਰ ਵਿੱਚ ਬੈਠੀਆਂ ਨਿਆਂ ਮੂਰਤੀਆਂ ਨੇ ਇਹਨਾਂ ਨੂੰ ਛੋਟ ਦੇ ਦਿੱਤੀ ਹੈ ਤਾਂ ਕਿ ਇਹ ਖੁੱਲ੍ਹੀ ਹਵਾ ਵਿੱਚ ਜਾ ਕੇ ਰਹਿਣ ਲੱਗ ਜਾਣ। ਡੰਡਿੰਗ ਦੰਗੇ ਕਰਨ ਵਾਲੇ ਨਫ਼ਰਤ ਫੈਲਾਉਣ ਵਾਲੇ ਸੰਵਿਧਾਨ ਵਿਰੁੱਧ ਜਾਣ ਵਾਲੇ ਦੰਗਿਆਂ ਵਾਸਤੇ ਉਤਸ਼ਾਹ ਕਰਨ ਵਾਲੇ ਦੇਸ਼ ਧਰੋਹੀ ਹੁੰਦੇ ਹਨ ਨਾ ਕਿ ਸਰਕਾਰ ਦੇ ਨੀਤੀ ਤੋਂ ਪੀੜਿਤ ਹੋਣ ਵਾਲੇ ਅਤੇ ਆਵਾਜ਼ ਚੁੱਕਣ ਵਾਲੇ। ਡੰਡਿੰਗ ਇਮਾਮ ਦਾ ਤਰੀਕਾ ਗਲਤ ਸੀ ਪਰ ਉਸਦੇ ਤਰੀਕੇ ਅਤੇ ਅਨੁਰਾਗ ਠਾਕੁਰ ਦੇ ਤਰੀਕੇ ਵਿੱਚ ਕੋਈ ਫਰਕ ਵੀ ਹੈ। ਡੰਡਿੰਗ ਸਾਡੇ ਸਮਾਜ ਅਨੁਸਾਰ ਸਾਡੀ ਸਮਝ ਅਨੁਸਾਰ ਇੱਕ ਮੰਤਰੀ ਦਾ ਕਸੂਰ ਇੱਕ ਵਿਦਿਆਰਥੀ ਨਾਲੋਂ ਜ਼ਿਆਦਾ ਹੈ। ਡੰਡਿੰਗ ਚਲੋ ਜ਼ਿਆਦਾ ਨਹੀਂ ਤਾਂ ਬਰਾਬਰ ਤਾਂ ਮੰਨ ਹੀ ਲੈਣਾ ਚਾਹੀਦਾ ਹੈ। ਡੰਡੀ ਹਾਂਜੀ ਇਸ ਸੰਪਾਦਕੀ ਰੋਜ਼ਾਨਾ ਸਪੋਕਸਮੈਨ ਸਪੀਡ 100 ਵਰਡ ਪਰ ਮਿੰਟ ਆਊਟਲਾਈਨ ਇਸ ਬੋਰਡ 'ਤੇ ਤੁਹਾਨੂੰ ਦੇਵਾਂਗੇ। ਵਟਸਐਪ ਗਰੁੱਪ ਨਾਲ ਜੁੜੇ ਰਹੋ ਇਹ ਉਹਦੀ ਫੋਟੋ ਤੁਹਾਨੂੰ ਉੱਥੇ ਸੈਂਡ ਕਰਾਂਗੇ ਜੇ ਤੁਹਾਡੇ ਕੋਲ ਨਹੀਂ ਹੈਗੀ ਤਾਂ ਨਹੀਂ ਤਾਂ ਅੱਜ ਦਾ ਅਖਬਾਰ ਲੈ ਸਕਦੇ ਹਾਂ ਉੱਥੋਂ ਵੀ ਦੇਖ ਸਕਦੇ ਹੋ। ਵਟਸਐਪ ਗਰੁੱਪ ਨਾਲ ਸਾਡੇ ਨਾਲ ਜੁੜਨਾ ਹੈਗਾ ਉੱਥੇ ਸਾਰਾ ਡਾਟਾ ਜੋ ਇੱਥੇ ਗਰੁੱਪ 'ਚ ਇੱਥੇ ਆਫਲਾਈਨ ਸਟੂਡੈਂਟ ਨੂੰ ਅਸੀਂ ਲਿਖਾਉਂਦੇ ਹਾਂ ਉਹ ਸਾਰਾ ਤੁਹਾਨੂੰ ਅਸੀਂ ਦੇਵਾਂਗੇ ਉਸ ਗਰੁੱਪ ਦੇ ਵਿੱਚ। ਵੀਡੀਓ ਪੋਸੀਬਲ ਨਹੀਂ ਹੈਗੀ ਵੀ ਅਸੀਂ ਸਾਰੀਆਂ ਵੀਡੀਓ ਅਪਲੋਡ ਕਰੀਏ, ਠੀਕ ਆ। ਇਸ ਕਰਕੇ ਤੁਸੀਂ ਪਹਿਲਾਂ ਹੀ ਵਟਸਐਪ ਗਰੁੱਪ ਨਾਲ ਜੁੜੋ ਅਤੇ ਤਿਆਰੀ ਸ਼ੁਰੂ ਕਰੋ ਆਪਣੀ। ਜਿਹੜੇ ਤੁਸੀਂ ਪੇਪਰ ਅਪਲਾਈ ਕੀਤਾ ਹੋਇਆ ਵਿਧਾਨ ਸਭਾ ਦਾ ਕੀਤਾ ਅਸੀਂ ਬੋਰਡ ਦੀਆਂ ਜੇ ਤੁਸੀਂ ਵੇਟ ਕਰ ਰਹੇ ਹੋ ਵਿਧਾਨ ਸਭਾ ਵਿੱਚ ਸਟੈਨੋ ਟੈਪਿਸਟ ਲੱਗਣਾ, ਜੂਨੀਅਰ ਸਕੇਲ ਲੱਗਣਾ ਜਾਂ ਵਿਧਾਨ ਸਭਾ ਰਿਪੋਰਟਰ ਲੱਗਣਾ ਉਹ ਤੁਹਾਡੀ ਇੱਛਾ ਦੇ ਅਨੁਸਾਰ ਹੀ ਹੈਗਾ। ਉਹਦੇ ਅਕੋਰਡਿੰਗ ਸਾਰਾ ਕੋਈ ਡਾਟਾ ਉੱਧਰ ਸੈਂਡ ਕਰਾਂਗੇ ਅਸੀਂ, ਠੀਕ ਹੈ ਜੀ। ਥੈਂਕ ਯੂ ਜੀ।